लखवीर हाँ जी की गल हुई फिर दर्द भी पई ਉਦੋਂ ਮੈਂ ਸਿਰ ਜਿਹਾ ਦੋਦਾ ਸੀਗਾ ਮੈਂ ਲੰਮੀ ਪੈ ਗਈ ਤੂੰ ਕੰਮ ਕੁੰਮ ਵੀ ਕਰ ਲਿਆ ਕੰਮ ਤਾਂ ਕਰਕੇ ਹੀ ਹਟੀ ਆ ਮੈਨੂੰ ਚੱਕਰ ਜੇ ਹੋਣ ਲੱਗ ਪਏ ਸੀਗੇ ਮੈਂ ਕਿਹਾ ਘੜੀ ਲੰਮੀ ਪੈ ਲੈਂਦੀ ਆ ਚੱਕਰ ਤਾਂ ਨਾ ਹੋਣ ਲੱਗ ਪਏ ਪਤਾ ਨਹੀਂ ਸਵੇਰੇ ਤਾਂ ਠੀਕ ਸੀ ਚੱਲ ਚੰਗਾ ਹੋਇਆ ਤੁਸੀਂ ਆਏ ਆਪਾਂ ਡਾਕਟਰ ਕੋ ਚੈੱਕ ਕਰਾਈਏ ਡਾਕਟਰ ਕੋ ਕੀ ਕਰਨ ਜਾਣਾ ਉੱਥੇ ਇੰਨਾ ਖਰਚਾ ਹੋ ਜੂ ਡਾਕਟਰ ਦੀ ਫੀਸ ਪਤਾ ਕਿੰਨੀ ਆ 300 ਰੁਪਇਆ ਲੈਂਦਾ ਉਹ ਤੁਹਾਨੂੰ 300 ਰੁਪਏ ਦਾ ਪਿਆ ਆ ਹੁਣ ਜੇ ਸਿਹਤ ਖਰਾਬ ਹੋ ਤਾਂ ਡਾਕਟਰ ਕੋਲ ਹੀ ਜਾਣਾ ਆ ਉਹ ਰਹਿਣ ਦੇ ਤੂੰ ਇੱਥੇ ਹੀ ਕੁਝ ਬਣਾ ਕੇ ਤੈਨੂੰ ਦੇਣਾ ਤੇਰਾ ਸਿਰ ਠੀਕ ਹੋ ਜਾਣਾ ਆ ਚਲ ਫੇ ਇਦਾਂ ਕਰੋ ਆ ਮੋੜ ਤੇ ਆਪਣੀ ਜੂਸ ਵਾਲੀ ਰੇੜੀ ਲੱਗਦੀ ਆ ਉੱਥੋਂ ਦੋ ਗਲਾਸ ਜੂਸ ਤੇ ਲੈ ਆ ਤੁਸੀਂ ਵੀ ਇੱਕ ਪੀ ਲਿਓ ਇੱਕ ਪੈ ਲਿਓ ਉਹ ਕਮਲੀਏ ਜੂਸ ਤੂੰ ਕੀ ਕਰਨਾ ਪੀ ਕੇ ਉਹ ਕਮਲੀਏ ਜੂਸ ਤੇ ਇੰਨਾ ਖਰਚਾ ਕਾਹਦੇ ਕਰਨਾ ਫ੍ਰਿਜ ਵਿੱਚ ਇੱਕ ਨਿੰਬੂ ਪਿਆ ਆ ਤੈਨੂੰ ਸ਼ਕੰਜ ਵੀ ਬਣਾ ਕੇ ਦਿੰਦਾ ਦੇਖੀ ਤੇਰਾ ਸਿਰ ਬਿਲਕੁਲ ਠੀਕ ਹੋ ਜਾਣਾ ਨਾ ਪਹਿਲਾਂ ਮੇਰੀ ਗੱਲ ਸੁਣੋ ਉਹ ਜਿਹੜਾ ਇੱਕ ਨਿੰਬੂ ਪਿਆ ਆ ਤੁਹਾਨੂੰ ਪਤਾ ਵੀ ਕਿੰਨੇ ਦਿਨਾਂ ਦਾ ਆ ਲੈ ਦੱਸ ਉਹ 3 ਦਿਨ ਦਾ ਹੋਇਆ ਹੈ ਸ਼ਕੰਜ ਵੀ ਬਣਾਈ ਨੂੰ 3 ਦਿਨ ਨਹੀਂ ਹੋਏ ਹਾਂ 3 ਵਾਰੀ ਉਹਦੀ ਪਹਿਲਾਂ ਹੀ ਸ਼ਕੰਜ ਵੀ ਬਣਾ ਲਈ ਇਹ ਭਾਵੇਂ 3 ਵਾਰੀ ਸ਼ਕੰਜ ਵੀ ਬਣਾ ਲਈ ਹੈ ਨਿੰਬੂ ਦਾ ਕਿਤੇ ਅਸਰ ਜਾਂਦਾ ਪਤਾ ਨਹੀਂ ਤੁਸੀਂ ਕਿੱਥੋਂ ਨਿੰਬੂ ਲਿਆਉਂਦੇ ਇਦਾਂ ਦੇ ਜਿਹੜੇ ਮਹੀਨਾ ਚਲਾਓ ਉਹਨਾਂ ਦੇ ਅਸਰ ਹੀ ਨਹੀਂ ਖਤਮ ਹੁੰਦੇ ਉਹ ਤੂੰ ਲੰਮੀ ਪੈ ਮੈਂ ਇਕੱਲੇ ਨਿੰਬੂ ਵਾਲਾ ਪਾਣੀ ਬਣਾ ਕੇ ਲੈ ਕੇ ਆਇਆ ਮੈਨੂੰ ਪਤਾ ਹੈ ਉਹਦੇ ਵਿੱਚ ਨਿੰਬੂ ਤਾਂ ਹੋਣਾ ਨਹੀਂ ਪਾਣੀ ਹੋਣਾ ਠੀਕ ਤਾਂ ਕੀ ਹੋਣਾ ਮੈਨੂੰ ਲੱਗਦਾ ਜ਼ਿਆਦਾ ਹੀ ਬਿਮਾਰ ਹੋ ਜਾਣਾ ਇਹਨਾਂ ਸ਼ਕੰਜ ਬਿਨਾਂ ਮਾੜਾ ਜਿਹਾ ਸਿਰ ਤਾਂ ਕੀ ਹੋਣ ਲੱਗ ਪਿਆ ਅਰੇ ਜੂਸ ਮੰਗਵਾ ਕੇ ਦਿਓ ਜੂਸ ਕਿਤੇ ਸਸਤੇ ਹੀ ਮਿਲਦੇ ਆ ਅਗਲੇ 50 ਰੁਪਏ ਲੈ ਲੈਂਦੇ ਆ ਜੂਸ ਦੇ ਆਪਾਂ ਹੁਣੇ ਸ਼ਕੰਜ ਬਣਾ ਕੇ ਤੈਨੂੰ ਪਿਲਾ ਦੇਣੀ ਆ ਦੇਖੀ ਤੇਰਾ ਸਿਰ ਦਰਦ ਬਿਲਕੁਲ ਠੀਕ ਹੋ ਜਾਣਾ ਆਹ ਪਾਤੀ ਖੰਡ ਥੋੜ੍ਹਾ ਜਿਹਾ ਪਾਉਂਦੇ ਹਾਂ ਲੂਣ ਕਹਿੰਦੀ ਹੈ ਕਿ ਨਿੰਬੂ 3 ਵਾਰੀ ਸ਼ਕੰਜ ਵੀ ਬਣਾ ਲਈ ਨਿੰਬੂ ਦਾ ਅਸਰ ਨਿੰਬੂ ਚ ਹੀ ਕਹਿੰਦਾ ਇੰਨਾ ਜੂਸ ਨਿਕਲਿਆ ਆ ਹਾਏ ਦੱਸ ਕੀ ਸ਼ਕੰਜ ਵੀ ਬਣਾਉਗੇ ਕਿੱਦਾਂ ਨਿੰਬੂ ਦੀ ਜਾਨ ਕੱਢੀ ਉਹ ਘੁੱਟ ਘੁੱਟ ਕੇ ਉਹ ਚ ਰਸ ਹੋਵੇ ਤਾਂ ਨਿਕਲੇ ਲੈ ਤਾਂ ਤੂੰ ਸ਼ਕੰਜ ਵੀ ਇਹ ਸ਼ਕੰਜ ਵੀ ਤੇਰੇ ਸਾਰੇ ਦੁੱਖ ਦੂਰ ਕਰ ਦੇਣੇ ਆ ਇਹਦੇ ਵਿੱਚ ਕੁਝ ਪਾਇਆ ਵੀ ਆ ਤਾਂ ਉਹਦੇ ਪਾਣੀ ਲੱਗਦਾ ਆ ਉਹ ਵਿੱਚ ਕਾਲਾ ਲੂਣ ਪਾਇਆ ਨਿੰਬੂ ਪਾਇਆ ਫਿਰ ਖੰਡ ਪਾਈ ਆ ਉਹ ਇਦਾਂ ਕਰ ਸਾਰੀ ਨਾ ਪੀ ਥੋੜੀ ਪੀ ਲਾ ਥੋੜੀ ਬਾਅਦ ਚ ਪੀ ਲੈ ਫ੍ਰਿਜ ਚ ਰੱਖ ਲਾ ਥੋੜੀ ਜਿਹੀ ਹੋਰੇ ਇਦਾਂ ਕਰ ਤੁਸੀਂ ਫ੍ਰਿਜ ਚ ਹੀ ਰੱਖ ਦੇ ਉਹ ਫੇਰ ਕਿਤੇ ਤੇਰਾ ਸਿਰ ਦੁਖੂਗਾ ਫੇਰ ਪੀ ਲਈ ਇਹਨੂੰ ਤੂੰ ਸਾਰੀ ਥੋੜੀ ਮਕਾਉਣੀ ਆ ਚਲ ਤੂੰ ਫ੍ਰਿਜ ਚ ਹੀ ਰੱਖ ਦੋ ਮੈਂ ਹੁਣ ਹੀ ਰੱਖ ਆਇਆ ਇਦਾਂ ਦੀ ਸ਼ਕੰਜ ਵੀ ਲਾ ਤਾਂ ਮੈਂ ਉੱਤੇ ਹੀ ਚੰਗੀ ਜਿੱਦਾਂ ਉੱਦਾਂ ਹੀ ਪਾਣੀ ਲਿਆ ਕੇ ਮੱਥੇ ਮਾਰਿਆ ਪਤਾ ਨਹੀਂ ਕਿਹੜਾ ਲੂਣ ਤਾਂ ਕਿਹੜੀ ਖੰਡ ਤਾਂ ਕਿਹੜਾ ਨਿੰਬੂ ਪਾਇਆ ਵਿੱਚ ਕੀ ਕਰਾਂ ਸੱਚੀ ਮਨਜੂਸੀਆਂ ਤੋਂ ਮੈਂ ਤਾਂ ਨਾ ਤੰਗ ਹੀ ਆ ਗਈ ਲਖਵੀਰ ਹਾਂਜੀ ਉਹ ਹੁਣ ਤਾਂ ਉੱਠ ਜਾ ਹੁਣ ਤਾਂ ਇੰਨੀ ਸੋਹਣਾ ਤੈਨੂੰ ਨਿੰਬੂ ਪਾਣੀ ਪਿਲਾਇਆ ਹੁਣ ਤਾਂ ਸਾਰੇ ਦੁੱਖ ਦੂਰ ਹੋਣੇ ਚਾਹੀਦੇ ਆ ਹਾਂਜੀ ਹੋ ਗਏ ਸਾਰੇ ਦੁੱਖ ਦੂਰ ਫਿਰ ਉੱਠ ਲਾ ਕੰਮ ਧੰਦਾ ਦੇਖ ਲਾ ਫਿਰ
देख लैनी आ काम धंधा मैं तो तुम दसना सीगा कशी मेरे कल गल करदी सीगी ओदी सहेली भैन का ब्याह आउन दे एतवार नूं तो कहिंदी मैं जाना आ तो जाया वे फिर कोई लेके गिफ्ट चुप ब्याह देखना ब्याह खाले घर नूं आ जावे सारे लेके जांदे आ तुहाडियां ही आ बखरियां गल्लां ते सूट तुहानू समा के हुण देना ही पैना कहिंदी मैं नहीं पुराने सूट ओही कहिंदी इक ही सूट मैनूं पापा भेजदे रहिंदे आ जिहड़ा तूं नवां सूट समाया सीगा ओहनूं दो सीणां ला के हुण दे दे ओह पा लऊगी बड़ा सोहणा सूट वा इन्ना सोहणा लिआंदा सी तूं मैं अपना सूट कित्ता ओहनूं दे देवां ओहदे आ ही जाणा लै दस रब्बा तुसीं अपणियां सलाहां अपणे कोल ही रखो मैं ओहनूं मना ही कर देणा जाण तों ओह नवां सूट कित्थों आपां हुण फिर ओहदा खर्चा करांगे कोई गल नहीं मैं आपे ओहनूं समझा लऊंगी नाले इन्नी सोहनी तू सिलाई जानदी आ ओहनूं सैट जिहा करके दे दे ओहने पा लैणा आ मैं नहीं इदां करनी हैगी कशी पापा अपना सूट मैं नहीं कुड़ी नूं देना चल तू जिद्दां करना उद्दां कर ला फिर हुण नाले मैं तुहानूं इक होर गल दसणी सीगी भाई दा फोन आया सी सवेरे अच्छा ते ओह इत्थे आदमपुर अपने नेड़े ब्याह आए हो आ ते ओह कहिंदे जे नेरा हो गया ते तुहाडे कोल रात रहांगे इत्थे रहणा रात नूं हांजी ठीक आ मेरी गल सुनो जे तुसी जांदे आ तुसी तां बकरा तां मुर्गा खांदे तां तां कदी गर्मी होई नहीं ओ होर गल्लां छड्ड मैं तैनूं इक सलाह दिंदा भाई नूं फोन ला ओ ब्याह तां आए होई आ ओ उथो रज के खाया साढ़े ले नाले अपना भी डंग सर जू चंगी सलाह होंगी चंगी सलाह कड़ी होनी यार तुसी ता अपनी बेइज्जती कराया करो नाल मेरी बातू दी कराया करो इहदे विच बेइज्जती वाली केड़ी गल वा ब्याह तां उहने आउणा ही आ साढ़े लई भी रोटी लै आणगे मैं कहिंदी चंगी लगदी आ गल उहनां नूं कोई परौना साडे आउंदा ही नहीं सारे नूं पता हुंदा वी उत्थे रोटी पानी तां कदी मिलणा नहीं चज दा तो जे ओह बेचारे ने किते कह ही दित्ता इन्ने चिर बदों तो बड़ी वधिया सलाह दित्ती कि आप उत्थे रज के खाया ते साडे लई जी चकमी लै आओ नहीं आ सच्ची इस बंदे दी स्कीमां ते इहदी कंजूसी ते हां जी भाई ठीक ठाक आ तुसीं सुनाओ हां जी मैं उड़ीकदी सी तुहाडा फोन मैं करना ही सीगा हुण मैं कहा दस्सिया ही नहीं कुछ वो कदों तक आउणा आ आउणा नहीं की होया अच्छा ठीक ब्याह वधिया हो गया हाँ चलो बहुत वधिया मैं तो उड़ीकदी सीगी मैं कहा पुछनी आ दस्या नहीं कुछ भी कदों तक पहुंचना आ चलो फिर ठीक है कर लो कल फिर टाइम कढ़ के मारियो गेड़ा भी आओ फिर आयो जरूर नैन ठीक है चलो ठीक है भाई ठीक है ओके लै भाजी का फोन ही आ गया कि आना ही नहीं तो जनाब नू तो सवेर की परेशानी पई होनी है कि हाँ जी लखवीर ने सवेरे मैनू कहता कि मुर्गा ले आयो तो भाजी ने मना ही करता हूँ कहिंदे काम ही पै गया कोई चलो उदा तो वधिया भी होया ना इन्होंने कोई मैं दाल सब्जी लिया के देनी सी तो ना कुछ बना देना सीगा तो आए गए तो फिर तो बड़ी बेइज्जती होंगी है इन्हों की कंजूसी तो मुकदी नहीं मैं पहला देखा कशी सवेरे बड़े गुस्से होंगी सी कहती मम्मा शैम्पू मैनू खत्म होया लिया के दौ मैं देखा सच्ची खत्म होया कि उद्दे रौला पाई जाती है तो जाती है तो लिया के रख दी वो मन तो पहला पहला
ਮੈਂ ਤੇ ਕਿਹਾ ਕੁੜੀ ਉੱਤੇ ਹੀ ਕਰ ਦੀ ਸੱਚੀ ਸ਼ੈਂਪੂ ਮੁੱਕਿਆ ਆ ਫੇਸ ਵਾਸ਼ ਵੀ ਖਤਮ ਹੋਇਆ ਜਮੀਰ ਹਾਂਜੀ ਹਾਂ ਵੀ ਆ ਇਹ ਕੀ ਹੋਣਾ ਆ ਅਕਸ਼ੀ ਦਾ ਸ਼ੈਂਪੂ ਆ ਮੁੱਕਿਆ ਆ ਸਵੇਰੇ ਰੌਲਾ ਪਾਉਂਦੀ ਸੀ ਹਫ਼ਤਾ ਹੋ ਗਿਆ ਉਹਨੂੰ ਕਹਿੰਦੀ ਨੂੰ ਇਹ ਸਿੱਟਣ ਚੱਲੀ ਆ ਤੂੰ ਤੇ ਸਿੱਟਣਾ ਕੀ ਆ ਹੁਣ ਇਹਨੂੰ ਕੀ ਕਰਨਾ ਲੈ ਦੱਸ ਕਮੜੀ ਹੋ ਗਈ ਆ ਉਹ ਕਮੜੀ ਇਹ ਸਿੱਟਣਾ ਕਾਤੇ ਆ ਇਹ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਤੇ ਦੋ ਤਿੰਨ ਵਾਰੀ ਹੋਰ ਇਹਨੂੰ ਵਰਤ ਛੱਡੋ ਇਹਨੂੰ ਰਹਿਣ ਦਿਓ ਤੁਸੀਂ ਆਪਣੀਆਂ ਸਕੀਮਾਂ ਪਿਛਲੇ ਹਫ਼ਤੇ ਵੀ ਇਹ 'ਚ ਪਾਣੀ ਪਾਇਆ ਸੀਗਾ ਤੇ ਕੁੜੀ ਮੈਨੂੰ ਗੁੱਸੇ ਹੁੰਦੀ ਗਈ ਆ ਵੀ ਮੰਮੀ ਸ਼ੈਂਪੂ ਲਿਆ ਦਿਓ ਕਿ ਪਾਣੀ ਨੇ ਸਿਰ ਧੋਈ ਜਾਵਾਂ ਲਖਵੀ ਰਾਤ ਤੱਕ ਖੁੱਲੇ ਖਰਚੇ ਕਰਦੀ ਆ ਨਿਆਣੇ ਨੂੰ ਵੀ ਭੂਹੇ ਚੜਾ ਆ ਮੰਮੀ ਸਾਡੀ ਪਤਾ ਕਿੱਦਾਂ ਕਰਦੀ ਹੁੰਦੀ ਸੀ ਜੇ ਥੋੜਾ ਵੀ ਸ਼ੈਂਪੂ ਬਚ ਜਾਣਾ ਉਹਦੇ 'ਚ ਪਾਣੀ ਪਾ ਲੈਣਾ ਤੇ 10 ਦਿਨ ਉਹੀ ਵਰਤਣਾ ਨਾਲੇ ਕੋਲਗੇਟ ਮੁੱਕ ਜਾਣੀ ਤੇ ਕੈਂਚੀ ਨਾਲ ਕੱਟ ਕੇ ਘੁੱਟ ਘੁੱਟ ਕੇ ਕੱਢਣੀ ਤੇ 2-4 ਦਿਨ ਉਹਨਾਂ ਕੋਲ ਨਿਕਲ ਜਾਂਦੇ ਹੁੰਦੇ ਸੀਗੇ ਮਾਤਾ ਸਾਹਿਬਾਂ ਕੰਜੂਸੀਆਂ ਤਾਂ ਨਹੀਂ ਪਾਣੀਆਂ ਦੱਸ ਗਏ ਉਹ ਇਦਾਂ ਹੀ ਕੰਜੂਸੀਆਂ ਕਰੀ ਜਾਣੀਆਂ ਉਹ ਇਹਨੂੰ ਕੰਜੂਸੀ ਨਹੀਂ ਕਹਿੰਦੇ ਇਹਨੂੰ ਘਰ ਵਿੱਚ ਬਜਟ ਕਹਿੰਦੇ ਆ ਹੋਰ ਇੱਥੇ ਪਤਾ ਨਹੀਂ ਕੱਲ ਦਾ ਕੱਲੂ ਭਵੇਂ ਇੱਥੇ ਅੱਖਾਂ ਮੀਟ ਹੋ ਜਾਣ ਤੇ ਤੁਸੀਂ ਕੰਜੂਸੀਆਂ ਕਰ ਕਰਕੇ ਪੈਸੇ ਜੋੜ ਲਓ ਕੀ ਕਰਨਾ ਉਹ ਤੂੰ ਤਾਂ ਕਮੜੀ ਹੀ ਰਹਿਣਾ ਆ ਮੈਂ ਲੱਗੀ ਆ ਇਹਨੂੰ ਬਾਹਰ ਸਿੱਟਣ ਮੈਂ ਨਹੀਂ ਤੁਹਾਡੀਆਂ ਸਕੀਮਾਂ ਵਰਤਣੀਆਂ ਇੱਥੇ ਬੈਠੋ ਤਾਂ ਆਰਾਮ ਕਰੋ ਯਾਰ ਮੈਂ ਨਿੰਬੂ ਕੱਟ ਕੇ ਰੱਖਿਆ ਸੀ ਕਿੱਥੇ ਰੱਖ ਗਈ ਹੈ ਲਖਵੀਰ ਹਾਂਜੀ ਹੁਣ ਕੀ ਹੋਇਆ ਕੀ ਗਵਾਚ ਗਏ ਇੱਥੇ ਮੈਂ ਇੱਥੇ ਨਿੰਬੂ ਕੱਟ ਕੇ ਰੱਖਿਆ ਸੀ ਸਵੇਰੇ ਉਹ ਕੀ ਕਰਨਾ ਤੁਸੀਂ ਉਹ ਚਾਰ ਚ ਪਾਉਣਾ ਸੀ ਕੱਟ ਕੇ ਹਾਏ ਰੱਬਾ ਉਹ ਚ ਕੀ ਸੀਗਾ ਜਿਹੜਾ ਚਾਰ ਪਾਉਣਾ ਤਿੰਨ ਵਾਰੀ ਉਹਦੀ ਸ਼ਕੰਜ ਵੀ ਬਣਾ ਲਈ ਤੁਸੀਂ ਤਾਂ ਹੁਣ ਉਹਦਾ ਚਾਰ ਵੀ ਪਾਉਣਾ ਸੀਗਾ ਬੜਾ ਸੋਹਣਾ ਦਾ ਸੀਗਾ ਉਹ ਹਾਏ ਤੁਸੀਂ ਕੀ ਕਰਨੀ ਹੈ ਇੰਨੀਆਂ ਕੰਜੂਸੀਆਂ ਕਰਕੇ ਕਾਲਾ ਹੋ ਗਿਆ ਸੀਗਾ ਮੈਂ ਤਾਂ ਸਿੱਟ ਦਿੱਤਾ ਕੂੜੇ ਵਿੱਚ ਮੈਨੂੰ ਲੱਗਦਾ ਤੈਨੂੰ ਅਕਲ ਦੇਣੀ ਪੈਣੀ ਆ ਮੰਮੀ ਸਾਡੀ ਪਤਾ ਕੀ ਕਰਦੀ ਹੁੰਦੀ ਸੀਗੀ ਜੇ ਕੋਈ ਸ਼ਕੰਜ ਵੀ ਬਣਾਉਣੀ ਵੀ ਆ ਨਿੰਬੂ ਦੀ ਤੇ ਉਹਨੂੰ ਕੱਟ ਕੇ ਤਾਂ ਚਾਰ ਚ ਪਾ ਲੈਂਦੇ ਹੁੰਦੇ ਸੀ ਬਾਅਦ ਚ ਤੂੰ ਸਿੱਟ ਦਿੱਤਾ ਦੱਸ ਕਸ਼ੀ ਬਾਬਾ ਜਿੱਦਾਂ ਦੀ ਉਹ ਨਿੰਬੂ ਦੀ ਸ਼ਕਲ ਹੋਈ ਹੋਈ ਸੀ ਨਾ ਦੇਖਣ ਨੂੰ ਰੂਹ ਨਹੀਂ ਸੀ ਕਰਦੀ ਤਾਂ ਤੁਸੀਂ ਕਹਿੰਦੇ ਉਹ ਚਾਰ ਚ ਪਾਉਣੇ ਸੀਗੇ ਨਾਲੇ ਆਪਣੀ ਮੰਮੀ ਦੀਆਂ ਸਕੀਮਾਂ ਆਪਣੇ ਕੋਲ ਹੀ ਰੱਖਿਆ ਕਰੋ ਮੈਨੂੰ ਨਾ ਦਿਆ ਕਰੋ ਠੀਕ ਹੈ ਮੈਂ ਨਹੀਂ ਇਹ ਸਕੀਮਾਂ ਵਰਤ ਸਕਦੀ ਕਿੱਥੇ ਮੈਂ ਕੰਜੂਸ ਟੱਬਰ 'ਚ ਆ ਗਈ ਇੱਥੇ